ਵਾਦੀ ਵਿੱਚ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਅਕਤੀ ਡੇਵਿਡ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਕਿਸੇ ਨੂੰ ਉਧਾਰ ਰੁਪਏ ਦਿੱਤੇ ਸਨ। ਜਦੋਂ ਰੁਪਏ ਲੈਣ ਲਈ ਉਹਨਾਂ ਦੀ ਦੁਕਾਨ ਤੇ ਗਿਆ ਤਾਂ ਇੱਕ ਮਹਿਲਾ ਅਤੇ 3 ਵਿਅਕਤੀਆਂ ਸਮੇਤ ਉਹਨਾਂ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਉਪਰੰਤ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪੀਟਲ ਲਿਜਾਇਆ ਗਿਆ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸੰਬੰਧੀ ਥਾਣਾ ਮਜੀਠਾ ਦੇ ਮੁੱਖ ਅਫਸਰ ਪ੍ਰੇਮਪਾਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਹਮਲਾਵਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। ਨਵੀਂ ਪਾਤੀ ਸੰਜੇ ਗਾਂਧੀ ਕਲੋਨੀ ਤੇ ਫਤਿਹਗੜ੍ਹ ਚੂੜੀਆ ਰੋਡ, ਤਕਰੀਬਨ 7 ਵਜੇ ਦਾ ਟਾਈਮ ਸੀਗਾ। ਮੈਂ ਕਿਸੇ ਕੋਲ ਆਪਣੇ ਪੈਸੇ ਲੈਣੇ ਸੀਗੇ, ਲੇਡੀ ਹੈ, ਉਹਦਾ ਜਨਰਲ ਸਟੋਰ ਹੈ, ਬਲਿੰਦਰ ਜਨਰਲ ਸਟੋਰ। ਉਹਨਾਂ ਨੇ ਫੋਨ ਕੀਤਾ ਕਿ ਆ ਕੇ ਆਪਣੇ ਪੈਸੇ ਲੈ ਲਓ। ਮੈਂ ਔਰ ਮੇਰੀ ਵਾਈਫ ਉੱਥੇ ਪੈਸੇ ਲੈਣ ਗਏ ਅਤੇ ਬਾਅਦ ਵਿੱਚ ਕਹਿੰਦੇ ਹਾਲੇ ਹੈ ਨਹੀਂ ਹੈ। ਫਿਰ ਥੋੜ੍ਹਾ ਜਿਹਾ ਬੋਲ ਬੁਲਾਰਾ ਹੋਇਆ, ਉਹਦੇ ਵਿੱਚ ਬਾਅਦ ਜਿਹੜੇ ਮੁੰਡਿਆਂ ਨੇ ਆ ਕੇ ਮੇਰੀ ਗੱਲ ਪੈ ਗਈ। ਰਤਨ ਸਿੰਘ ਚੌਂਕ ਹੈ ਜੀ ਉਹਦੀ ਸ਼ੋਪ, ਸ਼ਿਵ ਸ਼ਕਤੀ ਮੈਡੀਕਲ ਸਟੋਰ ਦੇ ਸਾਹਮਣੇ ਆ। ਉੱਥੇ ਉੱਪਰ ਰਹਿਸ਼ ਹੈ, ਨੀਚੇ ਸ਼ੋਪ ਆ। ਕੀ ਨਾਮ ਉਹਦਾ? ਨਾਮ ਐਗਜੈਕਟ ਲੇਡੀ ਦਾ ਪਤਾ, ਬਲਜਿੰਦਰ ਜੀ ਉੱਥੇ ਕਰਿਆਨਾ। ਉਹਦੇ ਬੇਟੇ ਸੀਗੇ 3 ਅਤੇ ਇੱਕ ਹੋਰ ਲੜਕਾ ਸੀਗਾ, ਉਹ ਉਹਦੀ ਪਛਾਣ ਨਹੀਂ। ਉਹਨਾਂ ਦਾ ਭਰਾ ਹੀ ਸੀਗਾ, ਚਾਚੇ ਦਾ ਵਿੱਚੋਂ। ਹਾਂਜੀ, ਟੋਟਲ 6 ਜਣੇ ਸੀਗੇ। ਸੱਟਾਂ ਮੇਰੇ ਕਾਫੀ ਲੱਗੀਆਂ, ਸਿਰ 'ਚ ਲੱਗੀਆਂ, 2-3 ਸੱਟਾਂ ਸਿਰ 'ਚ ਆ, ਬਾਕੀ ਗੋਡੇ 'ਤੇ ਆ, ਇੱਕ ਮੋਢੇ 'ਤੇ ਆ। ਕੀ ਮਾਰਿਆ? 6-7 ਸੱਟਾਂ ਹੈਗੀਆਂ ਮੇਰੇ ਸਿਰ 'ਚ ਤਾਂ ਦਾਤਣ ਮਾਰਿਆ ਸੀਗਾ, ਬਾਕੀ ਉਹ ਗੋਡੇ 'ਤੇ ਬੈਸ ਬੋਲ ਹੈ। ਫਤਿਹਗੜ੍ਹ ਚੂੜੀਆ ਬਣਾ, ਰਤਨ ਸਿੰਘ ਚੌਂਕ, ਫੈਜਪੁਰਾ ਚੌਂਕੀ ਹੈ। ਹਾਲੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ, ਹਾਲੇ ਤੱਕ ਕੋਈ ਨਹੀਂ ਆਇਆ ਜੀ। ਡਿਮਾਂਡ ਇਹੀ ਹੈ ਜੀ, ਦੋਸ਼ੀਆਂ 'ਤੇ ਜੋ ਵੀ ਬਣਦੀ ਕਾਰਵਾਈ ਹੋਈ, ਇਨਸਾਫ ਮਿਲੇ ਮੈਨੂੰ। ਠੀਕ।